ਤੁਸੀਂ ਗੱਲ ਕਹੀ ਵੀ ਵਾਹਿਗੁਰੂ ਦੇ ਸਾਰੇ ਬਣਾਏ ਅੰਸ਼ ਹੈ, ਤੁਹਾਡੀ ਗੱਲਾਂ ਤੋਂ ਕਈ ਵਾਰੀ ਪਤਾ ਲੱਗਦਾ ਪੰਜਾਬ ਨਾਲ ਬਹੁਤ ਜ਼ਿਆਦਾ ਪਿਆਰ ਹੈ, ਗੁਰੂ ਸਾਹਿਬ ਨਾਲ ਬਹੁਤ ਜ਼ਿਆਦਾ ਪਿਆਰ ਹੈ। ਬਿਲਕੁਲ, ਕਿਉਂਕਿ ਮੈਂ ਮਤਲਬ ਦੇਖੋ ਜੋ ਵੀ ਮਤਲਬ ਹੂੰ ਪੰਜਾਬ ਸੇ ਜੋ ਮੈਂ ਕਲਚਰ ਇੱਕ ਮਤਲਬ ਯਹਾਂ ਪੰਜਾਬ ਕਾ ਕਲਚਰ ਦੇਖਾ ਔਰ ਯਹਾਂ ਕਾ ਜੋ ਇੱਕ ਬਹੁਤ ਸਾਰੇ ਜੋ ਐਸੇ ਜੋ ਸਤਸੰਗ ਸੁਣੇ, ਗੁਰਬਾਣੀ ਦੇਖੀ ਮਤਲਬ ਸੁਣੀ, ਤਾਂ ਉਸਸੇ ਇਹ ਲੱਗਤਾ ਕਿ ਵੀ ਮਤਲਬ ਸਾਰੇ ਮਤਲਬ ਨਾ ਅਲੱਗ ਅਲੱਗ ਇਹ ਕਿ ਧਰਮ ਹੈ ਮਾਨਤੇ ਹਮ ਉਹ ਧਰਮ ਕੇ ਉਹ ਧਰਮ ਕੇ, ਜਬ ਤੱਕ ਹਮ ਅੱਛੇ ਇਨਸਾਨ ਨਹੀਂ ਬਣੇ ਤਬ ਤੱਕ ਹਮ ਸਮਝਦੇ ਕਿ ਮੈਂ ਸੋਚਦਾ ਕਿ ਹਮ ਕਿਸੇ ਵੀ ਧਰਮ ਕੋ ਨਹੀਂ ਮਾਨਤੇ। ਤੋ ਮੈਂ ਕਹਿਤਾ ਹੂੰ ਕਿ ਸਬਸੇ ਪਹਿਲੇ ਅੱਛਾ ਇਨਸਾਨ ਬਣੀਏ ਔਰ ਉਸਕੇ ਬਾਅਦ ਉਹ ਜੋ ਧਰਮ ਉਸੇ ਪਿਆਰ ਕਰਤਾ ਜਿਸ ਧਰਮ ਕੋ ਮਾਨਤਾ ਉਸ ਧਰਮ ਕੋ ਆਪ ਮਾਨੀਏ। ਤੁਸੀਂ ਗੱਲ ਕਹੀ ਵੀ ਵਾਹਿਗੁਰੂ ਦੇ ਸਾਰੇ ਬਣਾਏ ਅੰਸ਼ ਹੈ, ਤੁਹਾਡੀ ਗੱਲਾਂ ਤੋਂ ਕਈ ਵਾਰੀ ਪਤਾ ਲੱਗਦਾ ਪੰਜਾਬ ਨਾਲ ਬਹੁਤ ਜ਼ਿਆਦਾ ਪਿਆਰ ਹੈ, ਗੁਰੂ ਸਾਹਿਬ ਨਾਲ ਬਹੁਤ ਜ਼ਿਆਦਾ ਪਿਆਰ ਹੈ। ਬਿਲਕੁਲ, ਕਿਉਂਕਿ ਮੈਂ ਮਤਲਬ ਦੇਖੋ ਜੋ ਵੀ ਮਤਲਬ ਹੂੰ ਪੰਜਾਬ ਸੇ ਜੋ ਮੈਂ ਕਲਚਰ ਇੱਕ ਮਤਲਬ ਯਹਾਂ ਪੰਜਾਬ ਕਾ ਕਲਚਰ ਦੇਖਾ ਔਰ ਯਹਾਂ ਕਾ ਜੋ ਇੱਕ ਬਹੁਤ ਸਾਰੇ ਜੋ ਐਸੇ ਜੋ ਸਤਸੰਗ ਸੁਣੇ, ਗੁਰਬਾਣੀ ਦੇਖੀ ਮਤਲਬ ਸੁਣੀ, ਤਾਂ ਉਸਸੇ ਇਹ ਲੱਗਤਾ ਕਿ ਵੀ ਮਤਲਬ ਸਾਰੇ ਮਤਲਬ ਨਾ ਅਲੱਗ ਅਲੱਗ ਇਹ ਕਿ ਧਰਮ ਹੈ ਮਾਨਤੇ ਹਮ ਉਹ ਧਰਮ ਕੇ ਉਹ ਧਰਮ ਕੇ, ਜਬ ਤੱਕ ਹਮ ਅੱਛੇ ਇਨਸਾਨ ਨਹੀਂ ਬਣੇ ਤਬ ਤੱਕ ਹਮ ਸਮਝਦੇ ਕਿ ਮੈਂ ਸੋਚਦਾ ਕਿ ਹਮ ਕਿਸੇ ਵੀ ਧਰਮ ਕੋ ਨਹੀਂ ਮਾਨਤੇ। ਤੋ ਮੈਂ ਕਹਿਤਾ ਹੂੰ ਕਿ ਸਬਸੇ ਪਹਿਲੇ ਅੱਛਾ ਇਨਸਾਨ ਬਣੀਏ ਔਰ ਉਸਕੇ ਬਾਅਦ ਉਹ ਜੋ ਧਰਮ ਉਸੇ ਪਿਆਰ ਕਰਤਾ ਜਿਸ ਧਰਮ ਕੋ ਮਾਨਤਾ ਉਸ ਧਰਮ ਕੋ ਆਪ ਮਾਨੀਏ। ਤੁਸੀਂ ਗੱਲ ਕਹੀ ਵੀ ਵਾਹਿਗੁਰੂ ਦੇ ਸਾਰੇ ਬਣਾਏ ਅੰਸ਼ ਹੈ, ਤੁਹਾਡੀ ਗੱਲਾਂ ਤੋਂ ਕਈ ਵਾਰੀ ਪਤਾ ਲੱਗਦਾ ਪੰਜਾਬ ਨਾਲ ਬਹੁਤ ਜ਼ਿਆਦਾ ਪਿਆਰ ਹੈ, ਗੁਰੂ ਸਾਹਿਬ ਨਾਲ ਬਹੁਤ ਜ਼ਿਆਦਾ ਪਿਆਰ ਹੈ। ਬਿਲਕੁਲ, ਕਿਉਂਕਿ ਮੈਂ ਮਤਲਬ ਦੇਖੋ ਜੋ ਵੀ ਮਤਲਬ ਹੂੰ ਪੰਜਾਬ ਸੇ ਜੋ ਮੈਂ ਕਲਚਰ ਇੱਕ ਮਤਲਬ ਯਹਾਂ ਪੰਜਾਬ ਕਾ ਕਲਚਰ ਦੇਖਾ ਔਰ ਯਹਾਂ ਕਾ ਜੋ ਇੱਕ ਬਹੁਤ ਸਾਰੇ ਜੋ ਐਸੇ ਜੋ ਸਤਸੰਗ ਸੁਣੇ, ਗੁਰਬਾਣੀ ਦੇਖੀ ਮਤਲਬ ਸੁਣੀ, ਤਾਂ ਉਸਸੇ ਇਹ ਲੱਗਤਾ ਕਿ ਵੀ ਮਤਲਬ ਸਾਰੇ ਮਤਲਬ ਨਾ ਅਲੱਗ ਅਲੱਗ ਇਹ ਕਿ ਧਰਮ ਹੈ ਮਾਨਤੇ ਹਮ ਉਹ ਧਰਮ ਕੇ ਉਹ ਧਰਮ ਕੇ, ਜਬ ਤੱਕ ਹਮ ਅੱਛੇ ਇਨਸਾਨ ਨਹੀਂ ਬਣੇ ਤਬ ਤੱਕ ਹਮ ਸਮਝਦੇ ਕਿ ਮੈਂ ਸੋਚਦਾ ਕਿ ਹਮ ਕਿਸੇ ਵੀ ਧਰਮ ਕੋ ਨਹੀਂ ਮਾਨਤੇ। ਤੋ ਮੈਂ ਕਹਿਤਾ ਹੂੰ ਕਿ ਸਬਸੇ ਪਹਿਲੇ ਅੱਛਾ ਇਨਸਾਨ ਬਣੀਏ ਔਰ ਉਸਕੇ ਬਾਅਦ ਉਹ ਜੋ ਧਰਮ ਉਸੇ ਪਿਆਰ ਕਰਤਾ ਜਿਸ ਧਰਮ ਕੋ ਮਾਨਤਾ ਉਸ ਧਰਮ ਕੋ ਆਪ ਮਾਨੀਏ। ਤੁਸੀਂ ਗੱਲ ਕਹੀ ਵੀ ਵਾਹਿਗੁਰੂ ਦੇ ਸਾਰੇ ਬਣਾਏ ਅੰਸ਼ ਹੈ, ਤੁਹਾਡੀ ਗੱਲਾਂ ਤੋਂ ਕਈ ਵਾਰੀ ਪਤਾ ਲੱਗਦਾ ਪੰਜਾਬ ਨਾਲ ਬਹੁਤ ਜ਼ਿਆਦਾ ਪਿਆਰ ਹੈ, ਗੁਰੂ ਸਾਹਿਬ ਨਾਲ ਬਹੁਤ ਜ਼ਿਆਦਾ ਪਿਆਰ ਹੈ। ਬਿਲਕੁਲ, ਕਿਉਂਕਿ ਮੈਂ ਮਤਲਬ ਦੇਖੋ ਜੋ ਵੀ ਮਤਲਬ ਹੂੰ ਪੰਜਾਬ ਸੇ ਜੋ ਮੈਂ ਕਲਚਰ ਇੱਕ ਮਤਲਬ ਯਹਾਂ ਪੰਜਾਬ ਕਾ ਕਲਚਰ ਦੇਖਾ ਔਰ ਯਹਾਂ ਕਾ ਜੋ ਇੱਕ ਬਹੁਤ ਸਾਰੇ ਜੋ ਐਸੇ ਜੋ ਸਤਸੰਗ ਸੁਣੇ, ਗੁਰਬਾਣੀ ਦੇਖੀ ਮਤਲਬ ਸੁਣੀ, ਤਾਂ ਉਸਸੇ ਇਹ ਲੱਗਤਾ ਕਿ ਵੀ ਮਤਲਬ ਸਾਰੇ ਮਤਲਬ ਨਾ ਅਲੱਗ ਅਲੱਗ ਇਹ ਕਿ ਧਰਮ ਹੈ ਮਾਨਤੇ ਹਮ ਉਹ ਧਰਮ ਕੇ ਉਹ ਧਰਮ ਕੇ, ਜਬ ਤੱਕ ਹਮ ਅੱਛੇ ਇਨਸਾਨ ਨਹੀਂ ਬਣੇ ਤਬ ਤੱਕ ਹਮ ਸਮਝਦੇ ਕਿ ਮੈਂ ਸੋਚਦਾ ਕਿ ਹਮ ਕਿਸੇ ਵੀ ਧਰਮ ਕੋ ਨਹੀਂ ਮਾਨਤੇ। ਤੋ ਮੈਂ ਕਹਿਤਾ ਹੂੰ ਕਿ ਸਬਸੇ ਪਹਿਲੇ ਅੱਛਾ ਇਨਸਾਨ ਬਣੀਏ ਔਰ ਉਸਕੇ ਬਾਅਦ ਉਹ ਜੋ ਧਰਮ ਉਸੇ ਪਿਆਰ ਕਰਤਾ ਜਿਸ ਧਰਮ ਕੋ ਮਾਨਤਾ ਉਸ ਧਰਮ ਕੋ ਆਪ ਮਾਨੀਏ। ਤੁਸੀਂ ਗੱਲ ਕਹੀ ਵੀ ਵਾਹਿਗੁਰੂ ਦੇ ਸਾਰੇ ਬਣਾਏ ਅੰਸ਼ ਹੈ, ਤੁਹਾਡੀ ਗੱਲਾਂ ਤੋਂ ਕਈ ਵਾਰੀ ਪਤਾ ਲੱਗਦਾ ਪੰਜਾਬ ਨਾਲ ਬਹੁਤ ਜ਼ਿਆਦਾ ਪਿਆਰ ਹੈ, ਗੁਰੂ ਸਾਹਿਬ ਨਾਲ ਬਹੁਤ ਜ਼ਿਆਦਾ ਪਿਆਰ ਹੈ। ਬਿਲਕੁਲ, ਕਿਉਂਕਿ ਮੈਂ ਮਤਲਬ ਦੇਖੋ ਜੋ ਵੀ ਮਤਲਬ ਹੂੰ ਪੰਜਾਬ ਸੇ ਜੋ ਮੈਂ ਕਲਚਰ ਇੱਕ ਮਤਲਬ ਯਹਾਂ ਪੰਜਾਬ ਕਾ ਕਲਚਰ ਦੇਖਾ ਔਰ ਯਹਾਂ ਕਾ ਜੋ ਇੱਕ ਬਹੁਤ ਸਾਰੇ ਜੋ ਐਸੇ ਜੋ ਸਤਸੰਗ ਸੁਣੇ, ਗੁਰਬਾਣੀ ਦੇਖੀ ਮਤਲਬ ਸੁਣੀ, ਤਾਂ ਉਸਸੇ ਇਹ ਲੱਗਤਾ ਕਿ ਵੀ ਮਤਲਬ ਸਾਰੇ ਮਤਲਬ ਨਾ ਅਲੱਗ ਅਲੱਗ ਇਹ ਕਿ ਧਰਮ ਹੈ ਮਾਨਤੇ ਹਮ ਉਹ ਧਰਮ ਕੇ ਉਹ ਧਰਮ ਕੇ, ਜਬ ਤੱਕ ਹਮ ਅੱਛੇ ਇਨਸਾਨ ਨਹੀਂ ਬਣੇ ਤਬ ਤੱਕ ਹਮ ਸਮਝਦੇ ਕਿ ਮੈਂ ਸੋਚਦਾ ਕਿ ਹਮ ਕਿਸੇ ਵੀ ਧਰਮ ਕੋ ਨਹੀਂ ਮਾਨਤੇ। ਤੋ ਮੈਂ ਕਹਿਤਾ ਹੂੰ ਕਿ ਸਬਸੇ ਪਹਿਲੇ ਅੱਛਾ ਇਨਸਾਨ ਬਣੀਏ ਔਰ ਉਸਕੇ ਬਾਅਦ ਉਹ ਜੋ ਧਰਮ ਉਸੇ ਪਿਆਰ ਕਰਤਾ ਜਿਸ ਧਰਮ ਕੋ ਮਾਨਤਾ ਉਸ ਧਰਮ ਕੋ ਆਪ ਮਾਨੀਏ।